ਇਹ ਜੀ ਗੱਲ ਇਹ ਹੋਈ ਹੈ ਬਈ ਇਹ ਪਹਿਲਾਂ ਤੋਂ 6 ਕੁ ਮਹੀਨੇ ਹੋ ਗਏ ਨਸ਼ਾ ਕਰਦਾ। ਕੌਣ ਸੀ ਤੁਹਾਡਾ ਇਹ? ਹਾਂਜੀ ਕੌਣ ਲੱਗਦਾ ਸੀ? ਤੇ ਮੇਰਾ ਪੋਤਾ ਜੀ ਤੇ ਉਹ ਇਹਦਾ ਮਰ ਗਿਆ ਤੇ ਮੈਂ ਹੀ ਪਾਲਿਆ, ਮੈਂ ਹੀ ਇਹਨੂੰ ਰੱਖਿਆ, ਮੈਂ ਹੀ ਇਹਦੇ ਨਾਲ ਜ਼ਮੀਨ ਕਰਾਈ ਤੇ ਇਸ ਵਕਤ ਇਹ ਗਿਆ ਛਡਾਇਆ ਸੀ। ਮੈਂ ਛੱਡਦੇ ਕਿਸੇ ਛੱਡ ਦਿੰਦਾ ਕਿ ਖਾ ਲੈਂਦਾ ਕਿ ਛੱਡ ਦਿੰਦਾ ਕਿ ਖਾ ਲੈਂਦਾ। ਇਹ ਬਾਅਦ ਦੇ ਵਿੱਚ ਫਿਰ ਜਾ ਕੇ ਨਾ ਇਹ ਅੱਜ ਰਾਤ ਇਹਦੀ ਮਾਂ ਨੇ ਕਿਸੇ ਪੈਸੇ ਦੇ ਦਿੱਤੇ, ਮੈਂ ਪੈਸਾ ਵੀ ਕੱਟ ਦਿੰਦਾ ਸੀ। ਉਹ ਪੈਸਿਆਂ ਦੇ ਨਾਲ ਫਿਰ ਇਹ ਲਿਆ, ਮਾਸ ਲਿਆ, ਉੱਥੇ ਸਾਹਿਬ ਨੇ ਵੇਖਿਆ ਉਹ ਖਾਧਾ, ਖਾ ਪੀ ਕੇ ਇੱਕ ਬਈਆ ਨਾਲ ਅਤੇ ਇਹ ਐਂ ਲਵਾ ਕੇ ਨਾ ਟੀਕਾ ਅਤੇ ਮੰਜੀ ਅਤੇ ਲੰਮਾ ਬੈੱਡ 'ਤੇ ਪੈ ਗਿਆ। ਬੈੱਡ ਤੋਂ ਫਿਰ ਇਹਦੇ ਕੋਲ ਲੱਤਾਂ ਨਹੀਂ ਤਾਂ ਚੱਕ ਹੋ ਕੇ ਬੈੱਡ 'ਤੇ ਪੈਣ ਗਿਆ। ਅਸਾਂ ਆਪਾਂ ਆਪਣੇ ਕਮਰਿਆਂ 'ਚ ਪੈ ਗਏ ਹਾਂ। ਅਸਾਂ ਆਖਿਆ ਠੀਕ ਠਾਕ ਹੋਣ ਅਤੇ ਮਥਬਲੇ ਅਤੇ ਜ਼ਿਲ੍ਹੇ 1 ਵਜੇ ਅਸਾਂ ਉੱਠ ਕੇ ਵੇਖਿਆ ਅਤੇ ਇਹ ਤਾਂ ਅਖੜਿਆ ਪਿਆ। ਫਿਰ ਅਸਾਂ ਚਾਰਾ ਵਾਰਾ ਦਵਾਈ ਪਾਈ, ਇਹਦੋਂ ਨਸ ਉਹਦੋਂ ਨਸ ਹੋਏ ਨੇ ਇਕੱਠੇ। ਫਿਰ ਅਸਾਂ ਮਥਬਲੇ ਬਾਈ ਉੱਥੋਂ ਫਿਰ ਵਿਖਾਇਆ ਵੀ ਇਹ ਲਿਆ ਕੇ ਉੱਥੇ ਹੀ ਆ ਦੇ ਨੇ, ਇਹਨੂੰ ਕਿਧਰ ਨਾ ਲੈ ਜਾਓ ਖਤਮ। ਹਾਂਜੀ ਹਾਂਜੀ ਪੋਸਟਮਾਰਟਮ। ਬਜ਼ੁਰਗ ਗੱਲ ਕਰੀਏ ਤੇ ਨਸ਼ਾ ਤਾਂ ਸਰਕਾਰ ਕਹਿੰਦੀ ਬੰਦ ਹੋ ਗਿਆ, ਕਿੰਨੀ ਉਮਰ ਦੇ ਮੁੰਡੇ ਦੀ ਤੇ ਨਾਲ ਦੁਆਰਾ ਦੱਸਦੇ? ਇਹਦਾ ਨਾਮ ਤੇ ਇਹਦਾ ਰੁਸਤਮ, ਇਹ ਦੂਜਾ ਗੁਰਸੇਵਕ ਹੈ ਜੀ। ਤੇ ਉਮਰ ਕਿੰਨੀ ਸੀ? ਉਮਰ 22-23 ਸਾਲ ਦਾ ਲਾ ਲਓ, 25 ਦਾ ਲਾ ਲਓ। ਇਹਦੋ ਵਿਆਹ ਹੋਇਆ ਸੀ? ਵਿਆਹ ਸੀ ਜੀ, ਘਰ ਵਾਲੀ ਸੀ, ਗੱਡੀ ਲਈ, ਇਹ ਸਭ ਕੁਝ ਹੋਇਆ। ਛੱਡ ਕੇ ਤੁਰ ਗਈ, ਉਹਨੇ ਫੈਸਲਾ ਵੀ ਕਰ ਲਿਆ। ਕੋਈ ਨਹੀਂ ਫੈਸਲਾ। ਤੇ ਇਕੱਲਾ ਹੀ ਸੀ ਇਹ ਬੇਟਾ? ਇਹ ਬੇਟਾ ਇਕੱਲਾ ਪਿਓ ਦਾ ਤੇ ਇਕੱਲਾ ਹੀ ਮੁੰਡਾ ਸੀ। ਤੇ ਹੋਰ ਭੈਣ ਭਰਾ? ਇੱਕ ਭੈਣ ਹੈ। ਤੇ ਹੁਣ ਸਰਕਾਰਾਂ ਤਾਂ ਕਹਿੰਦੀਆਂ ਵੀ ਨਸ਼ਾ ਬੰਦ ਹੋ ਗਿਆ, ਤੁਸੀਂ ਕਹਿੰਦੇ ਵੀ ਟੀਕਾ ਲਾ? ਨਾ ਜੀ, ਟੀਕਾ ਇੱਥੇ ਲਿਆਂਦਾ ਵੀ ਨਾਲ ਜੀ, ਟੀਕਾ ਲੈ ਕੇ ਵੀ ਆਹੋ ਸਾਹਿਬ ਜਿਹੜਾ ਵੇਖ ਕੇ ਗਿਆ ਸਾਰੇ ਉੱਥੇ ਜਾ ਕੇ ਚੈੱਕ ਪੁਲਿਸ ਨੇ ਕੀਤਾ। ਪੁਲਿਸ ਪਹੁੰਚ ਗਈ ਸੀ ਮੌਕੇ ਤੇ? ਹਾਂਜੀ ਟੀਕਾ ਹੈਗਾ ਤੁਹਾਡੇ ਕੋਲ? ਹੈ ਜੀ। ਲਿਆਉਣਾ ਮੈਂ ਕੀ ਕਰਾਂਗਾ, ਇਹ ਪਾਸੇ ਨੂੰ ਗੱਲ ਹੀ ਨਹੀਂ ਆ। ਇਹਦੀ ਮਾਂ ਇੱਕ ਵਸਣ 'ਚ ਉਹ ਦਬਕੇ ਮਾਰਦੀ ਸਾਨੂੰ, ਆਦੀ ਤੁਹਾਡੀ ਮਾਰ ਤੇ ਆ ਗਈ, ਲਾਲੇ ਤੇ ਸਾਰੀ ਉਮਰ ਪਾਲਿਆ, ਲਾਲੇ ਹੁਣ ਉਲਟ ਚੱਲ ਗਈ। ਤੇ ਉਹਦੀ ਪਹਿਲਾਂ ਮੌਤ ਹੋ ਗਈ? ਹਾਂ, ਇਹਦੀ ਨੌਕਰੀ ਕਰਦੀ ਜੀ, ਉਹ ਇਹਦੇ 'ਚ ਕੀ ਆਈ ਨਹੀਂ ਬਈ, ਇਹਦਾ ਮੈਂ ਪਤਾ ਨਹੀਂ ਹੋ ਲਵਾਂ, ਇਹਨੂੰ ਡੱਕਾਂ। ਮੇਰੇ ਇਕੱਲੇ ਬੁੱਢੇ ਬੰਦੇ ਦੇ ਨਹੀਂ ਸੀ ਮੰਨਦਾ, ਕਿੰਨਾ ਰਾਤ ਸਭ ਕੋਈ ਖਾਧਾ। ਇਹ ਆਪਣੇ ਮਨਮੋਟਾ ਨਸ਼ਾ ਕਰਦਾ ਸੀ ਮੁੰਡਾ, ਤਾਂ ਰੋਕਿਆ ਬਹੁਤ ਹੈ ਮਾਂ ਪਿਓ ਨੇ, ਚਾਚੇ ਤਾਏ, ਸਾਡੇ ਚਾਚੇ ਤਾਏ 'ਚ ਵਿੱਚੋਂ ਹੀ ਆ ਜੀ, ਇਹ ਭਤੀਜਾ ਸਾਡਾ ਲੱਗਦਾ। ਅਸੀਂ ਵੀ ਸਾਰੇ ਖੇਤਾਂ ਜਾਣਾ ਸੀ, ਪੁੱਤ ਇਹ ਕੰਮ ਨਾ ਕਰ, ਪਰ ਫਿਰ 10 ਕੁ ਦਿਨ ਕਰੇ ਤਾਂ ਫਿਰ ਉੱਦਾਂ ਹੀ ਹੋ ਜਾਂਦਾ ਸੀ। ਤਾਂ ਵਿਚਾਰਾ ਰਾਤ ਕਿਤੇ ਕਹਿੰਦਾ ਡੋਜ਼ ਵੱਧ ਲਾ, ਟੀਕਾ ਵੀ ਦਿਖਾ। ਹਾਂਜੀ, ਤਾਂ ਪੰਜਾਬ ਸਰਕਾਰ ਦਾ ਤਾਂ ਕਹਿਣਾ ਹੈਗਾ ਜੀ ਵੀ ਮਤਲਬ ਨਸ਼ਾ ਬਿਲਕੁਲ ਬੰਦ ਕਰ ਦਿੱਤਾ ਗਿਆ ਪਿੰਡਾਂ ਦੇ ਵਿੱਚ, ਕੀ ਕਹਿਣਾ ਚਾਹੁੰਦੇ? ਨਹੀਂ ਜੀ, ਨਸ਼ਾ ਤਾਂ ਹੁਣ ਦੇਖੋ ਨਸ਼ੇ ਨਾਲ ਹੀ ਤਾਂ ਮਰਿਆ ਜੀ ਵਿਚਾਰਾ, ਪਹਿਲਾਂ 6.5 ਫੁੱਟ ਦਾ ਜਵਾਨ ਹੈ ਜੀ ਉਹ। ਜਿਵੇਂ ਤੁਸੀਂ ਇਸਾਪੁਰ ਬੇਟੇ ਦੀ ਜਿਵੇਂ ਉੱਥੇ ਨਸ਼ੇ ਦੇ ਕੀ ਹਾਲਾਤ ਨੇ? ਬਸ ਬਹੁਤ ਜ਼ਿਆਦਾ ਜੀ, ਸਾਰੇ ਮੁੰਡਿਆਂ ਦਾ ਜੀ ਤੁਹਾਨੂੰ ਪਤਾ ਹਾਲਾਤ ਇੱਦਾਂ ਦੇ ਹੀ ਨੇ ਜੀ। ਕਰਦੇ ਮੁੰਡੇ ਨਸ਼ਾ? ਹਾਂਜੀ ਆਮ ਮਿਲਦਾ ਜੀ। ਹਾਂਜੀ, ਬਾਕੀ ਗੱਲ ਹੈ ਜੀ, ਦੇਖੋ ਸਾਡਾ ਤਾਂ ਬੱਚਾ ਜਿਹੜਾ ਵਿਚਾਰਾ, ਅਸੀਂ ਤਾਂ ਬੜਾ ਜ਼ੋਰ ਲਾਇਆ, ਸਾਡਾ ਤਾਂ ਮੁੰਡਾ ਜਿਹੜਾ ਵਿਚਾਰਾ ਨੁਕਸਾਨ ਹੋ ਗਿਆ ਕਿੱਡਾ, ਦੇਖੋ ਪਿਓ ਵੀ ਹੈ ਨਹੀਂ ਵਿਚਾਰੇ ਦਾ। ਹਾਂਜੀ, ਇਹਦਾ ਨਾਮ ਗੁਰਸੇਵ ਸਿੰਘ ਆ ਜੀ, ਛੋਟਾ ਆ, ਇਹਨੂੰ ਰੁਸਤਮ ਹੀ ਕਹਿੰਦੇ ਨੇ। ਇਹਦਾ ਫਾਦਰ ਸਾਹਿਬ ਸੀ ਬਲਵਿੰਦਰ ਸਿੰਘ, ਉਹ ਵੀ ਸਾਡੇ ਪੰਜਾਬ ਪੁਲਿਸ 'ਚ ਸੀ। ਉਹਦੀ ਕੁਝ ਅਰਸਾ ਪਹਿਲਾਂ ਮੌਤ ਹੋ ਗਈ, ਫਿਰ ਇਹਦੀ ਮਾਤਾ ਨੂੰ ਨੌਕਰੀ ਮਿਲ ਗਈ ਸੀ। ਇਹਦੀ ਮਾਤਾ ਜਲੰਧਰ ਜੋਬ ਕਰ ਰਹੀ ਆ ਪੰਜਾਬ ਪੁਲਿਸ 'ਚ। ਅਤੇ ਆ ਬੀਤੀ ਰਾਤ ਰੋਜ਼ਾਨਾ ਦੀ ਤਰ੍ਹਾਂ ਇਹਨਾਂ ਨੇ ਆਪਦਾ ਰੋਟੀ ਪਾਣੀ ਖਾਧਾ, ਅਤੇ ਰਾਤ ਇਹਨਾਂ ਨੇ ਡਰਿੰਕ ਵੀ ਕਰੀ ਹੈ, ਕਾਕੇ ਨੇ ਚਿਕਨ ਵੀ ਬਣਾਇਆ ਜੀ, ਅਸੀਂ ਮੋਰਨਿੰਗ ਮੌਕਾ ਦੇਖਿਆ ਸੀ। ਅਤੇ ਇਹਦੀ ਮੌਤ ਹੋ ਗਈ, ਪਰ ਇਹ ਦਾਦਾ ਦਾਦੀ ਕੋਲ ਇੱਥੇ ਰਹਿੰਦਾ ਸੀ ਜੀ। ਦਾਦਾ ਕਹਿ ਰਿਹਾ ਵੀ ਇਹ ਕਾਕੇ ਦੀ ਨਸ਼ੇ ਨਾਲ ਮੌਤ ਹੋਈ ਆ, ਅਤੇ ਉਹਦੀ ਮਾਤਾ ਕਹਿ ਰਹੀ ਆ ਵੀ ਮੇਰਾ ਬੇਟਾ ਨਸ਼ਾ ਬਿਲਕੁਲ ਨਹੀਂ ਸੀ ਕਰਦਾ, ਅਤੇ ਇਹਨੂੰ ਇਹ ਡਿਸਟਰਬ ਕਰਦੇ ਸੀ, ਇਹਨੂੰ ਪਰੇਸ਼ਾਨ ਕਰਦੇ ਸੀ, ਜਿਸ ਕਰਕੇ ਇਹਨੂੰ ਅਟੈਕ ਆ ਗਿਆ। ਅਤੇ ਇਹ ਹੁਣ ਤੁਸੀਂ ਬੋਡੀ ਕਿੱਥੇ ਰਖਾਤੀ ਜੀ? ਡੈਡ ਬੋਡੀ ਜੀ ਸਿਵਲ ਹਸਪਤਾਲ ਪਈ ਹੈ ਜੀ। ਬਾਕੀ ਸਟੇਟਮੈਂਟ ਲਿਖਾਂਗੇ ਤੁਸੀਂ ਮਾਤਾ ਦੀ,
ਉਹ ਆ ਰਹੇ ਨੇ, ਉਹ ਅੱਜ ਤਾਂ ਨਹੀਂ ਆ ਰਹੇ ਉਹਨਾਂ ਦੀ, ਅਸੀਂ ਦੁਬਾਰਾ 2 ਵਾਰੀ 3 ਵਾਰੀ ਕਾਲ ਕਰ ਲਈ ਉਹਨਾਂ ਨੂੰ, ਉਹ ਕਹਿੰਦੇ ਮੈਂ ਕੱਲ੍ਹ ਆਊਂਗੀ ਅਤੇ ਸਟੇਟਮੈਂਟ ਲਿਖ ਕੇ ਫਰਦਰ ਅੱਗੇ ਇਹਨਾਂ ਦੀ ਪੋਸਟਮਾਰਟਮ ਕਰਾਇਆ ਜਾਊਗਾ ਜੀ, ਰੀਜਨ ਪਤਾ ਲੱਗ ਜੂਗਾ ਵੀ ਕਾਕੇ ਦੀ ਮੌਤ ਕਿੱਦਾਂ ਹੋਈ ਹੈ। ਕਿੰਨੀ ਉਮਰ ਸੀ ਜੀ? ਇਹ ਜੀ ਕਰੀਬ ਜੀ 24-25 ਸਾਲ ਦੀ ਉਮਰ ਹੈ ਜੀ। ਮੈਰਿਜ ਹੋਈ ਸੀ? ਮੈਰਿਜ ਹੋਈ ਹੈ ਜੀ, ਅਤੇ ਇਹਦਾ ਆਪਸ ਵਿੱਚ ਜਿਹੜੀ ਜੀ ਲੈ ਆਪਣੀ ਮਿਸਿਜ ਨਾਲ ਪੰਚਾਇਤੀ ਤੌਰ 'ਤੇ ਤਲਾਕ ਵੀ ਹੋਇਆ ਜੀ, ਅਜੇ ਅਦਾਲਤ 'ਚ ਹੋਣਾ ਬਾਕੀ ਹੈ ਜੀ।